जो अजकल चल रही है जत्थेदार बनाम विरसा सिंह बलटोहा उसनू लेके तुहाडा की कहना, तुसी किस पक्ष वाल विचर रहे? सानू उन्हां दे नाल खड़ना चाहिदा, उन्हां नू जिहड़ा चैलेंज करन दी अथॉरिटी किसे सिख को नहीं हो सकदी। फैमिली नू टारगेट किया जा रहा, बच्चियां तक गल है जिहड़ी वो पहुँच रही है, जिहड़ी ये गल है कि बहुत ही साडे सिख जगत लई शर्मनाक है। कुछ अपने आप बड़े अकाली पंथक अखाउंदे लोगों वालों यह जी हरकत की जानिया, बहुत शर्मनाक है, तो उन्होंने डुब मरना चाहिए यह जी गल कर। पिछले कुछ समय तो हालात इदा के पैदा किए गए कि जथेदारा जथेदारी नहीं समझे गए, उन्होंने एक उन्होंने एक अपना करिंदा ज कोई यह चीज़ा उन्होंने बना के रखी हुई सी। पंचायत चोणा से कुछ ऐसे ऐसी उस वास्ते लगे हुए हैं, असी जिन्नी भी छेती हो सके उस कार्ज में भी नेपरे चढ़ा, क्योंकि साड़ी एक खेतरी धिर होनी बहुत जरूरी सी। दखालस टीवी दे नाल तुसी जुड़े हो, मैं तुहाडे नाल इंद्रजीत सिंह चहल। पंथक सफां दे विच लगातार जिहड़ियां वख वखरियां चर्चावां ने वह चल रही ने, इसे दे नाल ही आपां अज गलबात करनी है। सरदार तरसेम सिंह साडे नाल मौजूद ने, उन्हां तों जाणदे आ कि उन्हां दा इस पूरे मसले नूं लैके की विचार। सब तो पहलां तां जी बहुत बहुत स्वागत है दखालस टीवी ते। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅੱਜ ਕੱਲ੍ਹ ਚੱਲ ਰਹੀ ਹੈ ਜਥੇਦਾਰ ਬਨਾਮ ਵਿਰਸਾ ਸਿੰਘ ਬਲਟੋਹਾ, ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ, ਤੁਸੀਂ ਕਿਸ ਪੱਖ ਵੱਲ ਵਿਚਰ ਰਹੇ? ਨਹੀਂ, ਅਸੀਂ ਤਾਂ ਜਿਹੜਾ ਇਹ ਸਿੱਖ ਪੰਥ ਦੀ ਆਨ ਸ਼ਾਨ ਸਾਡੇ ਤਖਤ ਆ, ਅਸੀਂ ਤਾਂ ਉਹਨਾਂ ਦੇ ਹਮੇਸ਼ਾ ਹੀ ਉਹਨਾਂ ਅੱਗੇ ਸਿਰ ਝੁਕਾਉਂਦੇ ਹਾਂ, ਅਤੇ ਉਹਨਾਂ ਦੀ ਆਨ ਸ਼ਾਨ ਵਾਸਤੇ ਅਸੀਂ ਸਾਰੇ ਸਿੱਖ ਸੰਗਤ ਨੂੰ ਸਭ ਲੋਕਾਂ ਨੂੰ ਅਪੀਲ ਕਰਦੇ ਕਿ ਉਹਨਾਂ ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ, ਉਹਨਾਂ ਦਾ ਆਦੇਸ਼ ਮੰਨਣਾ ਚਾਹੀਦਾ, ਉਹਨਾਂ ਦੀ ਜਿਹੜੀ ਜੋ ਸਾਡੇ ਵਾਸਤੇ ਕੋਈ ਹੁਕਮ ਹੈ ਉਹ ਅਲਾਈ ਹੁਕਮ ਮੰਨਿਆ ਜਾਣਾ ਚਾਹੀਦਾ। ਇਸ ਕਰਕੇ ਉਹਨਾਂ ਨੂੰ ਜਿਹੜਾ ਚੈਲੰਜ ਕਰਨ ਦੀ ਅਥਾਰਟੀ ਕਿਸੇ ਸਿੱਖ ਕੋ ਨਹੀਂ ਹੋ ਸਕਦੀ। ਇੱਕ ਨਾਲ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਦੋਂ ਕੱਲ੍ਹ ਅਸਤੀਫੇ ਵਾਲੀ ਵੀਡੀਓ ਪਾਈ ਉਹ ਭਾਵੁਕ ਹੋਏ, ਅਤੇ ਉਹਨਾਂ ਨੇ ਗੱਲ ਕੀਤੀ ਕਿ ਸਾਡੀ ਫੈਮਿਲੀ ਨੂੰ ਟਾਰਗੇਟ ਕੀਤਾ ਜਾ ਰਿਹਾ, ਬੱਚੀਆਂ ਤੱਕ ਗੱਲ ਹੈ ਜਿਹੜੀ ਉਹ ਪਹੁੰਚ ਰਹੀ ਹੈ, ਕੀ ਇਹ ਹੋਣਾ ਚਾਹੀਦਾ ਸੀ ਅਜਿਹਾ ਕੁਛ ਉਹ ਵੀ ਕੌਮ ਦੇ ਜਥੇਦਾਰਾਂ ਦੇ ਨਾਲ? ਇਹ ਜੀ ਮੇਰਾ ਖਿਆਲ ਹੈ ਕਿ ਜਿਹੜੀ ਇਹ ਗੱਲ ਹੈ ਕਿ ਬਹੁਤ ਹੀ ਸਾਡੇ ਸਿੱਖ ਜਗਤ ਲਈ ਸ਼ਰਮਨਾਕ ਆ ਕਿ ਸਾਡਾ ਜਿਹੜੇ ਸਿੱਖਾਂ ਦਾ ਇਤਿਹਾਸ ਰਿਹਾ ਕਿ ਅਸੀਂ ਲੋਕਾਂ ਦੀ ਧੀਆਂ ਭੈਣਾਂ ਦੀ ਟੱਕਦੇ ਰਹੇ, ਬੜੇ ਜਿੱਥੋਂ ਜਿੱਥੋਂ ਤੋਂ ਵੀ ਸਾਨੂੰ ਕੋਈ ਜੋ ਵੀ ਉਹਨਾਂ ਵਾਸਤੇ ਧੀਆਂ ਭੈਣਾਂ ਵਾਸਤੇ ਉਪਰਾਲੇ ਕਰਨੇ ਪਏ, ਅਸੀਂ ਕਿੱਥੋਂ ਕਿੱਥੋਂ ਉਹਨਾਂ ਨੂੰ ਛਡਾ ਕੇ ਸਾਡੇ ਆਪਣੀਆਂ ਕਿੰਨੀਆਂ ਕੁਰਬਾਨੀਆਂ ਦੇ ਬਾਵਜੂਦ ਲਿਆਉਂਦੇ ਰਹੇ, ਅਸੀਂ ਕਿਸੇ ਦੀ ਧੀ ਭੈਣ ਦੀ ਸਾਰੀਆਂ ਸਾਂਝੀਆਂ ਸੀ। ਪਰ ਜਿਹੜੇ ਸਾਡੇ ਲੋਕਾਂ ਕੁਛ ਆਪਣੇ ਆਪ ਨੂੰ ਬੜੇ ਅਕਾਲੀ ਪੰਥਕ ਅਖਾਉਂਦੇ ਲੋਕਾਂ ਵੱਲੋਂ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾਣੀਆਂ, ਮੈਂ ਬਹੁਤ ਸ਼ਰਮਨਾਕ ਆ, ਅਤੇ ਉਹਨਾਂ ਨੂੰ ਡੁੱਬ ਮਰਨਾ ਚਾਹੀਦਾ ਇਹੋ ਜਿਹੀ ਗੱਲਾਂ ਕਰਨ। ਤੁਸੀਂ ਜਦੋਂ ਗੱਲਬਾਤ ਕਰ ਰਹੇ ਸੀ ਤੁਸੀਂ ਕਿਹਾ ਸੀ ਕਿ ਜਥੇਦਾਰ ਸਾਹਿਬਾਨ ਨੇ ਜਿਹੜੇ ਗਿਆਨੀ ਰਘਬੀਰ ਸਿੰਘ ਉਹਨਾਂ ਦੇ ਵੱਲੋਂ ਕੋਈ ਪੁਖਤਾ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਪਰ ਲੰਘੀ ਕੱਲ੍ਹ ਜਦੋਂ ਅਸਤੀਫੇ ਦੀ ਗੱਲ ਆਈ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਬਿਆਨ ਆਉਂਦਾ ਕਿ ਜੇਕਰ ਐਸ ਜੀ ਪੀ ਸੀ ਨੇ ਅਸਤੀਫਾ ਮਨਜ਼ੂਰ ਕੀਤਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ, ਬੇਸ਼ੱਕ ਉਹ ਹੁਣ ਨਾਮਨਜ਼ੂਰ ਹੋ ਚੁੱਕੇ ਆ, ਵੀ ਜੇ ਮਨਜ਼ੂਰ ਕੀਤਾ ਤਾਂ ਸਾਰੇ ਜਥੇਦਾਰ ਨੇ ਜਿਹੜੇ ਵਾਰੀ ਵਾਰੀ ਉਹ ਵੀ ਅਸਤੀਫਾ ਦੇ ਦੇਣਗੇ, ਕੀ ਇਹ ਲਾਚਾਰੀ ਨਹੀਂ ਇਸ ਦੇ ਵਿੱਚ ਦਿਖ ਰਹੀ ਹੈ? ਕਿਉਂਕਿ ਇਹ ਲਾਚਾਰੀ ਜੀ ਪਿਛਲੇ ਕੁਛ ਸਮੇਂ ਤੋਂ ਹਾਲਾਤ ਇੱਦਾਂ ਦੇ ਪੈਦਾ ਕੀਤੇ ਗਏ ਕਿ ਜਥੇਦਾਰਾਂ ਨੂੰ ਜਥੇਦਾਰੀ ਨਹੀਂ ਸਮਝਿਆ ਗਿਆ, ਉਹਨਾਂ ਨੂੰ ਇੱਕ ਇਹਨਾਂ ਨੇ ਇੱਕ ਆਪਣਾ ਕਰਿੰਦਾ ਜਾਂ ਕੋਈ ਇਹੋ ਜਿਹੀ ਚੀਜ਼ਾਂ ਉਹਨਾਂ ਨੇ ਬਣਾ ਕੇ ਰੱਖੀਆਂ ਹੋਈਆਂ ਸੀ, ਅਤੇ ਉਹ ਬਹੁਤ ਟਾਈਮ ਉਹਨਾਂ ਦਾ ਹੁਕਮ ਚੱਲਦਾ ਵੀ ਰਿਹਾ, ਉਹਨਾਂ ਜਥੇਦਾਰਾਂ ਕੋਲ ਗਲਤ ਫੈਸਲੇ ਵੀ ਕਰਾਏ ਜਿਹੜੇ ਕੌਮ ਨੇ ਮੁੜ ਕੇ ਪ੍ਰਵਾਨ ਨਹੀਂ ਕੀਤੇ, ਅਤੇ ਉਹ ਮੇਰਾ ਖਿਆਲ ਹੈ ਕਿ ਹੁਣ ਸਮਾਂ ਬਦਲ ਚੁੱਕਾ, ਸਿੱਖ ਸੰਗਤਾਂ ਜਾਗਰਤ ਹੋ ਚੁੱਕੀਆਂ, ਉਹਨਾਂ ਨੂੰ ਪਤਾ ਹੈ ਕਿ ਇਹ ਜੇ ਅਸੀਂ ਆਪਣੇ ਤਖਤਾਂ ਤੋਂ ਟੁੱਟ ਗਏ ਤਾਂ ਸਾਡਾ ਕੁਛ ਨਹੀਂ ਰਹਿਣਾ। ਇਸ ਕਰਕੇ ਹੁਣ ਲੋਕਾਂ ਦਾ ਧਿਆਨ ਤਖਤਾਂ ਦੇ ਉੱਪਰ ਸੀ, ਅਤੇ ਤਖਤਾਂ 'ਤੇ ਜਿਹੜਾ ਮਸਲਾ ਆਇਆ ਸੀ ਉਹ ਵਿਚਾਰ ਅਧੀਨ ਸੀ, ਅਤੇ ਉਹਨੂੰ ਰੱਦੋ ਬਦਲ ਕਰਨ ਵਾਸਤੇ ਉਹ ਆਪਣੇ ਮਰਜ਼ੀ ਅਨੁਸਾਰ ਫੈਸਲਾ ਕਰਾਉਣਾ ਚਾਹੁੰਦੇ ਸੀ ਜਥੇਦਾਰਾਂ ਕੋਲੋਂ। ਜਥੇਦਾਰਾਂ ਨੇ ਉਹ ਕਿ ਨਹੀਂ ਕੀਤਾ, ਅਤੇ ਉਹਨਾਂ ਨੇ ਜਥੇਦਾਰਾਂ ਦੇ ਉੱਪਰ ਹੀ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਬਹੁਤ ਇਹ ਗਲਤ ਧਾਰ ਪਿਰਤ ਆ ਇਹਨੂੰ ਰੋਕਿਆ ਜਾਣਾ ਚਾਹੀਦਾ, ਅਤੇ ਜਥੇਦਾਰਾਂ ਨੂੰ ਵੀ ਆਪਣੀ ਜ਼ਰੂਰਤ ਨਾਲ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਅਕਾਲੀ ਫੂਲਾ ਸਿੰਘ ਹੋਣਾ ਨੇ, ਜਾਂ ਉਦੋਂ ਬਾਅਦ 'ਚ ਵੀ ਬੜੇ ਬੜੇ ਸਾਡੇ ਰਾਸ਼ਟਰਪਤੀ ਤੱਕ ਦੇ ਸਾਡੇ ਗ੍ਰਹਿ ਮੰਤਰੀ ਵੀ ਸਾਡੇ ਮੁੱਖ ਮੰਤਰੀ ਵੀ ਉੱਥੇ ਜਾ ਕੇ ਅਸੀਸ ਝੁਕਾਉਂਦੇ ਰਹੇ, ਆਪਣੀ ਗਲਤੀ ਨੂੰ ਸਵੀਕਾਰ ਕਰਦੇ ਰਹੇ, ਕਿਸੇ ਨੇ ਵੀ ਕੋਈ ਇਹੋ ਜਿਹੀ ਜ਼ਰੂਰਤ ਨਹੀਂ ਕੀਤੀ ਕਿ ਉਹ ਅਕਾਲ ਤਖਤ ਦੇ ਹੁਕਮ ਨੂੰ ਕੋਈ ਨਾ ਪ੍ਰਵਾਨ ਕਰੇ। ਉਹ ਇਹ ਜਿਹੜੇ ਹੁਣ ਕੁਛ ਬੰਦੇ ਉੱਠ ਕੇ ਜੋ ਚੈਲੰਜ ਕਰਦੇ ਆ, ਉਹਨਾਂ ਦੀ ਮੇਰੇ ਖਿਆਲ ਕੌਮ ਨੂੰ ਵੀ ਉਹਨਾਂ 'ਤੇ ਨੋਟਿਸ ਲੈਣਾ ਚਾਹੀਦਾ, ਅਤੇ ਜਥੇਦਾਰਾਂ ਦਾ ਭਰਪੂਰ ਸਾਥ ਦੇਣਾ ਚਾਹੀਦਾ, ਅਤੇ ਉਹਨਾਂ ਦੇ ਜਿਹੜੀ ਜਥੇਦਾਰ ਦੀ ਪਦਵੀ ਨੂੰ ਸਤਿਕਾਰਯੋਗ ਜੋ ਸਾਡੇ ਸਿੱਖ ਧਰਮ 'ਚ ਜਾਤ ਪਾਤ ਨਹੀਂ ਜਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਜਿਹੜੀਆਂ ਉਹ ਲੋਕਾਂ ਉਹੋ ਜਿਹੇ ਮਿਹਣੇ ਦੇਣੇ, ਮੇਰਾ ਖਿਆਲ ਹੈ ਕਿ ਇੱਕ ਸਿੱਖ ਵਾਸਤੇ ਬਹੁਤ ਜਿਹੜੇ ਆਪਣੇ ਆਪ ਨੂੰ ਸਿੱਖ ਜਾਂ ਅਕਾਲੀ ਆਗੂ ਕਹਾਉਣਾ ਬਹੁਤ ਉਹਨਾਂ ਵਾਸਤੇ ਤਾਂ ਬਹੁਤ ਹੀ ਸ਼ਰਮਨਾਕ ਗੱਲ ਹੈ।
ਇਹਦੇ ਨਾਲ ਹੀ ਮੇਰਾ ਸਵਾਲ ਆ, ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲ ਕੀਤੀ, ਅਕਾਲੀ ਫੂਲਾ ਸਿੰਘ ਹੋਰਾਂ ਦੀ ਗੱਲ ਕੀਤੀ, ਉਹਨਾਂ ਨੇ ਜਿਹੜੀ ਉਸ ਵੇਲੇ ਮਿਸਾਲੀ ਸਜ਼ਾ ਦਿੱਤੀ ਸੀ, ਹੁਣ ਸੁਖਬੀਰ ਬਾਦਲ ਨੇ ਜਿਹੜੇ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ, ਉਹਨਾਂ 'ਤੇ ਵੀ ਜਿਹੜੀ ਸਜ਼ਾ ਸੁਣਾਈ ਜਾਣੀ ਹੈ, ਤੁਹਾਨੂੰ ਲੱਗਦਾ ਕਿ ਜਥੇਦਾਰ ਸਹਿਬਾਨਾਂ ਦੇ ਮੂੰਹ ਦੇ ਵਿੱਚੋਂ ਉਸ ਤਰੀਕੇ ਵਰਗਾ ਕੋਈ ਵੱਡਾ ਹੁਕਮ ਆਏਗਾ ਜਿਹੜਾ ਇਸ ਵਾਰ ਜੇਕਰ ਕੋਈ ਪੰਥਕ ਸਿਆਸਤ ਦੇ ਵਿੱਚ ਊਣਤਾ ਹੀ ਕਰਨ ਦੀ ਕੋਸ਼ਿਸ਼ ਕਰੇਗਾ ਵੀ ਇਨ ਫਿਊਚਰ ਭਵਿੱਖ ਦੇ ਵਿੱਚ, ਉਹ ਵੀ ਇਸ ਆ ਹੁਣ ਜਿਹੜੀ ਸਜ਼ਾ ਮਿਲੇਗੀ ਉਸਨੂੰ ਵੇਖ ਕੇ ਇੱਕ ਵਾਰ 'ਤੇ ਕੰਬੇਗਾ? ਨਹੀਂ, ਮੈਂ ਤਾਂ ਅਸੀਂ ਤਾਂ ਜਥੇਦਾਰਾਂ ਨੂੰ, ਬਾਕੀ ਉਹ ਸਾਡੇ ਜਥੇਦਾਰ ਸਾਡੀ, ਉਹਨਾਂ ਨੂੰ ਅਸੀਂ ਕੁਛ ਨਹੀਂ ਕਹਿ ਸਕਦੇ, ਉਹਨਾਂ ਦੀ ਬੇਨਤੀ ਤਾਂ ਕੀਤੀ ਜਾ ਸਕਦੀ ਹੈ, ਪਰ ਮੇਰਾ ਖਿਆਲ ਹੈ ਕਿ ਜਥੇਦਾਰ ਕੋਈ ਠੀਕ ਫੈਸਲਾ ਲੈਣਗੇ ਜੋ ਕੌਮ ਦੇ ਹਿੱਤ 'ਚ ਹੋਊਗਾ, ਜੋ ਪੰਥ ਨੂੰ ਇਕੱਠਾ ਕਰਦਾ ਹੋਊਗਾ, ਜੋ ਇਹੋ ਜਿਹਾ ਕੋਈ ਜਿਹੜਾ ਕਿ ਕੋਈ ਮਤਲਬ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਕੋਈ ਗਲਤੀ ਕਰੇ ਤਾਂ ਉਹ ਉਹਨੂੰ ਵੀ ਕੋਈ ਭੈ ਹੋਵੇ ਵੀ ਮੈਂ ਜੇ ਗਲਤੀ ਕਰੂੰਗਾ ਤਾਂ ਮੈਂ ਬਖਸ਼ਿਆ ਨਹੀਂ ਜਾਊਂਗਾ। ਇਹਦੇ ਨਾਲ ਇੱਕ ਹੋਰ ਸਵਾਲ ਹੈ ਕਿ ਵਿਰਸਾ ਸਿੰਘ ਬਲਟੋਹਾ ਨੂੰ 10 ਸਾਲ ਦੇ ਲਈ ਕਿਹਾ ਗਿਆ ਕਿ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ, ਉਹਨਾਂ ਨੂੰ ਬਰਖਾਸਤ ਕੀਤਾ ਜਾਵੇ, ਸਭ ਕੁਝ ਹੋ ਚੁੱਕਿਆ, ਇਸ ਤੋਂ ਇਲਾਵਾ ਵੀ ਕੋਈ ਪੰਥਕ ਪਾਸੇ ਵਾਲਿਓ ਪਾਸਿਓਂ ਕੋਈ ਕਾਰਵਾਈ ਹੋਣੀ ਚਾਹੀਦੀ, ਜਿਵੇਂ ਪੰਥ ਦੇ ਵਿੱਚੋਂ ਛੇਕਿਆ ਜਾਣਾ, ਕਿਉਂਕਿ ਜਥੇਦਾਰ ਸਾਹਿਬਾਨਾਂ ਦੇ ਖਿਲਾਫ ਇਸ ਤਰੀਕੇ ਦੀ ਸ਼ਬਦਾਵਲੀ ਹੈ ਜਿਹੜੀ ਉਹ ਵਰਤੀ ਗਈ ਹੈ, ਅਜਿਹੀ ਕੋਈ ਸਜ਼ਾ ਦੀ ਮੰਗ ਕਰਦੇ ਹੋ ਤੁਸੀਂ? ਨਹੀਂ, ਅਸੀਂ ਤਾਂ ਇਹੋ ਹੀ, ਜਥੇਦਾਰ ਸਾਹਿਬ ਵੀ ਜੋ ਵੀ ਫੈਸਲਾ ਲੈਣਗੇ ਅਸੀਂ ਉਹਦੀ ਸਾਰੇ ਸਿੱਖ ਜਗਤ ਨੂੰ ਅਸੀਂ ਕਹਿੰਦੇ ਕਿ ਹਮਾਇਤ ਕਰਨੀ ਚਾਹੀਦੀ ਹੈ। ਬਾਕੀ ਜਥੇਦਾਰ ਅਸੀਂ ਕੁਛ ਨਹੀਂ, ਉਹਨਾਂ ਨੂੰ ਕੋਈ ਕਿਸੇ ਨੂੰ ਵੀ ਆਦੇਸ਼ ਦੇਣ ਦੀ ਸਾਡੀ ਕੋਈ ਹੈਸੀਅਤ ਨਹੀਂ, ਅਸੀਂ ਤਾਂ ਜਥੇਦਾਰ ਦੇ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤਖਤ ਆ, ਜੋ ਉੱਥੋਂ ਹੁਕਮ ਆਊਗਾ ਅਸੀਂ ਕਹਿੰਦੇ ਸਾਰੀ ਸੰਗਤ ਉੱਤੇ ਫੁੱਲ ਚੜਾਵੇ, ਉਹ ਜੇ ਕਿਸੇ ਬੰਦੇ ਨੂੰ ਤਨਖਾਹੀਆ ਕਰਾਰ ਦਿੰਦੀ ਤਾਂ ਉਹਦੇ ਨਾਲ ਮਿਲਣ ਵਰਤਣ ਬੰਦ ਕੀਤਾ ਜਾਵੇ, ਜੇ ਉਹ ਜੋ ਵੀ ਉਹ ਫੈਸਲਾ ਕਰਦੇ ਉਹ ਉਸ ਕਾਰਜੋਗ ਗਿਆ ਅਤੇ ਉਹ ਉਸ ਹਰੇਕ ਦੇ ਮੰਨਣ ਯੋਗ। ਮੇਰਾ ਆਖਰੀ ਸਵਾਲ ਆ, ਜਿਹੜੀ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇੱਕ ਜਿਹੜੀ ਪੰਥਕ ਪਾਰਟੀ ਹੈ ਉਹਦੀ ਅਸੀਂ ਫੋਰਮੇਸ਼ਨ ਕਰਾਂਗੇ ਅਤੇ ਉਹ ਸਾਰੇ ਜਿਹੜੇ ਸਿਆਸੀ ਮਸਲੇ ਹੋਣਗੇ ਪੰਥ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਵਿਚਾਰੇਗੀ, ਉਹ ਕੰਮ ਕਿੱਥੇ ਕੁ ਖੜਾ? ਉਹ ਵੀ ਹੁਣ ਪੰਚਾਇਤ ਚੋਣਾਂ ਸੀ ਕੁਛ ਐਸੇ ਅਸੀਂ ਉਹਦੇ ਵਾਸਤੇ ਲੱਗੇ ਹੋਏ ਹਾਂ, ਅਸੀਂ ਜਿੰਨੀ ਵੀ ਛੇਤੀ ਹੋ ਸਕਿਆ ਉਸ ਕਾਰਜ ਨੂੰ ਵੀ ਨੇਪਰੇ ਚੜਾਂਗੇ, ਕਿਉਂਕਿ ਸਾਡੀ ਇੱਕ ਖੇਤਰੀ ਧਿਰ ਹੋਣੀ ਬਹੁਤ ਜ਼ਰੂਰੀ ਸੀ ਅਤੇ ਉਹ ਜਿਹੜੀ ਕੋਈ ਵੀ ਸਾਡੀ ਅਗਵਾਈ ਕਰਨ ਦੇ, ਅੱਜ ਜੋ ਸਾਡਾ ਅਕਾਲੀ ਦਲ ਸੀ ਉਹੋ ਹੀ ਦੇਖੋ ਕੀ ਹਾਲਾਤ ਬਣਾ ਦਿੱਤੇ ਉਹਨਾਂ ਨੇ, ਇਸ ਕਰਕੇ ਇਹ ਬੜੀ ਜ਼ਰੂਰਤ ਸੀ ਅਤੇ ਇਹਦੇ ਵਾਸਤੇ ਅਸੀਂ ਸਾਰੇ ਸਿਰਦ ਸੱਜਣਾਂ ਨਾਲ, ਵਿਦਵਾਨ ਸੱਜਣਾਂ ਨਾਲ ਸਲਾਹ ਲੈ ਕੇ ਉਹਦੇ ਵਾਸਤੇ ਅਸੀਂ ਕਾਰਜ ਕਰ ਰਹੇ ਹਾਂ ਜੋ ਸ਼ਾਇਦ ਛੇਤੀ ਸਾਹਮਣੇ ਆਵੇ। ਜੀ, ਬਹੁਤ ਬਹੁਤ ਧੰਨਵਾਦ। ਸੋ ਐਮ ਪੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ। ਪੰਥ ਦੇ ਵਿੱਚ ਅੱਜ ਕੱਲ੍ਹ ਜੋ ਚੱਲ ਰਿਹਾ ਹੈ, ਪੰਥਕ ਸਿਆਸਤ ਦੇ ਵਿੱਚ ਅੱਜ ਕੱਲ੍ਹ ਜੋ ਚੱਲ ਰਿਹਾ, ਜਥੇਦਾਰਾਂ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਆ, ਸਿਆਸੀ ਪਾਰਟੀਆਂ ਦੇ ਉੱਤੇ ਵੀ ਸਵਾਲ ਹੋ ਰਹੇ ਹੈ, ਅਤੇ ਇਹ ਸਭ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ। ਤੁਸੀਂ ਸੁਣਿਆ ਹੀ ਹੈ ਕਿ ਉਹਨਾਂ ਨੇ ਇਸ ਬਾਰੇ ਕੀ ਕੁਝ ਕਿਹਾ। ਵੀਡੀਓ ਜਰਨਲਿਸਟ ਜਸਪ੍ਰੀਤ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਚਹਿਲ, ਚੰਡੀਗੜ੍ਹ, ਦ ਖਾਲਸ ਟੀਵੀ।